ਬਣੀ ਮਿਲਦੀ ਹੈ, ਮੇਰਾ ਬੱਚਾ ਮੈਨੂੰ ਲੱਭ ਕੇ ਦਿਓ। ਅੱਜ ਪੂਰਾ ਇੱਕ ਦਿਨ ਹੋ ਗਿਆ ਮੇਰਾ ਬੱਚਾ ਨਹੀਂ ਲੱਭ ਰਿਹਾ। ਨਿੱਕੂ ਜੀ 12ਵੀਂ ਦਾ ਰਿਜ਼ਲਟ ਆਇਆ ਮੇਰੇ ਬੱਚੇ ਦਾ, ਸ਼ਾਮ ਨੂੰ 5:30 ਵਜੇ ਘਰੋਂ ਲੱਭਤਾ ਹੋ ਗਿਆ, ਬਿਨਾਂ ਕੋਈ ਗੱਲ ਕੀਤੇ ਮੇਰਾ ਬੱਚਾ ਮੇਰੇ ਕੋਲੋਂ ਚਲਾ ਗਿਆ ਘਰ। 12ਵੀਂ ਜਮਾਤ ਦੇ ਨਤੀਜੇ ਦੇ ਵਿੱਚ ਘੱਟ ਨੰਬਰ ਆਉਣ ਤੋਂ ਬਾਅਦ ਇੱਕ ਨੌਜਵਾਨ ਘਰ ਤੋਂ ਹੀ ਲਾਪਤਾ ਹੋ ਗਿਆ, ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਸ਼ਾਮ ਨੂੰ ਲੱਗਾ, ਜਦੋਂ ਨੌਜਵਾਨ ਘਰ ਵਾਪਸ ਨਹੀਂ ਆਇਆ ਤੇ ਉਹਨਾਂ ਨੇ ਲਾਪਤਾ ਹੋਏ ਆਪਣੇ ਬੇਟੇ ਦੀ ਭਾਲ ਸ਼ੁਰੂ ਕੀਤੀ। ਫਿਲਹਾਲ ਅਜੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਦਿੰਦੇ ਹੋਏ ਲਾਪਤਾ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ 12ਵੀਂ ਦਾ ਨਤੀਜਾ ਆਇਆ ਸੀ, ਜਿਸ ਦੇ ਵਿੱਚ ਉਹਨਾਂ ਦੇ ਬੇਟੇ ਦੇ ਘੱਟ ਨੰਬਰ ਆਏ ਸਨ ਅਤੇ ਘੱਟ ਨੰਬਰ ਆਉਣ ਤੋਂ ਬਾਅਦ ਹੀ ਉਹ ਘਰ ਤੋਂ ਲਾਪਤਾ ਹੋ ਗਿਆ। ਫਿਲਹਾਲ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜੋ ਆਪਣੀ ਪ੍ਰੀਖਿਆ ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈਣ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਜੇਕਰ ਕਿਸੇ ਕਾਰਨ ਕਰਕੇ ਘੱਟ ਨੰਬਰ ਆ ਜਾਂਦੇ ਨੇ ਤਾਂ ਉਹ ਗਲਤ ਰਸਤਾ ਅਖਤਿਆਰ ਕਰ ਲੈਂਦੇ ਨੇ। ਤੇ ਹੁਣ ਇਦਾਂ ਦਾ ਹੀ ਕੁਝ ਮਾਮਲਾ ਵੇਖਣ ਨੂੰ ਮਿਲਿਆ ਪਠਾਨਕੋਟ ਤੋਂ, ਜਿੱਥੇ ਦੇ ਰਹਿਣ ਵਾਲੇ ਨੌਜਵਾਨ ਨੇ ਇਹ ਕਦਮ ਚੁੱਕਿਆ। ਮੇਰਾ ਬੱਚਾ ਕੱਲ ਸ਼ਾਮ ਨੂੰ 5:30 ਵਜੇ ਘਰੋਂ ਲਾਪਤਾ ਹੋ ਗਿਆ, ਬਿਨਾਂ ਦੱਸੇ ਬਿਨਾਂ ਕੋਈ ਗੱਲ ਕੀਤੇ ਮੇਰਾ ਬੱਚਾ ਮੇਰੇ ਕੋਲੋਂ ਚਲਾ ਗਿਆ ਘਰ। ਸਾਨੂੰ ਅਸੀਂ ਉਹਨੂੰ ਕਿਸੇ ਨੂੰ ਕੋਈ ਡਾਂਟ ਨਹੀਂ ਲਗਾਈ, ਸਾਡਾ ਕੋਈ ਗੱਲਬਾਤ ਨਹੀਂ ਹੋਈ। ਠੀਕ 5:30 ਵਜੇ ਉਹ ਘਰੋਂ ਇੰਨੀ ਗੱਲ ਕਹਿ ਕੇ ਗਿਆ, ਮੈਂ ਪੂਰੇ 5 ਮਿੰਟ 'ਚ ਆਇਆ। ਮੇਰਾ ਬੱਚਾ ਅੱਜ ਪੂਰਾ ਇੱਕ ਦਿਨ ਹੋ ਗਿਆ ਮੇਰਾ ਬੱਚਾ ਨਹੀਂ ਲੱਭ ਰਿਹਾ, ਤੁਹਾਡੇ ਅੱਗੇ ਬੜੀ ਬੇਨਤੀ ਹੈ ਮੇਰਾ ਬੱਚਾ ਮੈਨੂੰ ਲੱਭਣ ਕੇ ਦਿਓ। ਮੇਰੇ ਮੇਰੀ ਉਸਕੇ ਸਾਥ ਦੁਪਹਿਰ ਕੋ ਬਾਤ ਹੋਈ ਹੈ, ਮੈਨੇ ਉਸਕੋ ਮੈਸੇਜ ਕੀਆ ਕਿ ਮੁਝੇ ਆਪਣਾ ਰੋਲ ਨੰਬਰ ਸੈਂਡ ਕਰ ਦੇ, ਮੈਂ ਅੱਜ ਰਿਜ਼ਲਟ ਆ ਗਿਆ ਤੋ ਦੇਖ ਲੈਤੇ ਹੈਂ। ਕਹਤਾ ਰੋਲ ਨੰਬਰ ਮੰਮਾ ਕੇ ਪਾਸ ਹੈ। ਮੈਨੇ ਕਿਹਾ ਠੀਕ ਹੈ, ਫਿਰ ਘਰ ਆ ਕੇ ਦੇਖਤੇ ਹੈਂ। ਹਾਂ, ਮੈਂ ਔਰ ਉਸਕੀ ਮੰਮਾ ਘਰ ਆਏ ਹੈ ਤੋ ਹਮਨੇ ਵੋ ਨੀਚੇ ਆਇਆ, ਕਹਿ ਰਿਹਾ ਸਾਈਡ ਡਾਊਨ ਹੈ, ਐਸੇ ਹੈ ਵੈਸੇ ਹੈ ਕਿ ਰੋਲ ਰਿਜ਼ਲਟ ਦਿਖ ਨਹੀਂ ਰਿਹਾ। ਮੈਨੇ ਕਿਹਾ ਕੋਈ ਬਾਤ ਨਹੀਂ, ਮੈਂ ਦੇਖ ਲੈਤੀ ਹੂੰ, ਅਗਰ ਸਾਈਡ ਡਾਊਨ ਹੋਗੀ ਤੋ ਸਮਝ ਆ ਜਾਏਗਾ। ਮੈਂ ਰੋਲ ਨੰਬਰ ਉਸਕਾ ਅਭੀ ਐਂਟਰ ਕਰ ਹੀ ਰਹੀ ਹੂੰ ਤੋ ਵੋ ਏਕਦਮ ਸੇ ਘਰ ਸੇ ਚਲਾ ਗਿਆ ਹੈ, ਕਹਿ ਰਿਹਾ ਕਿ ਮੈਂ ਅਭੀ ਆਇਆ ਦੁਕਾਨ ਸੇ ਹੋ ਕੇ। ਮੈਨੇ ਬੋਲਾ ਕਿ ਕੌਨ ਸੀ ਦੁਕਾਨ ਪੇ ਜਾ ਰਹਾ ਹੈ ਤੋ ਕਹਤਾ ਨਹੀਂ ਮੈਂ 2 ਮਿੰਟ ਮੈਂ ਬਸ ਆਇਆ। ਉਸਕੇ ਬਾਅਦ ਵੋ ਵਾਪਿਸ ਨਹੀਂ ਆਇਆ, ਆਧਾ ਘੰਟਾ ਹੋ ਗਿਆ। ਫਿਰ ਮੈਂ ਖੁਦ ਉਸਕੋ ਢੂੰਢਣੇ ਗਈ ਹੂੰ ਹਰ ਜਗ੍ਹਾ ਆਸ ਪਾਸ ਕਿ ਕਹੀਂ ਚਲਾ ਗਿਆ। ਫਿਰ ਮੁਝੇ ਲੱਗਾ ਕਿ ਸ਼ਾਇਦ ਰਿਜ਼ਲਟ ਇਸਕਾ ਥੋੜ੍ਹਾ ਖਰਾਬ ਆਇਆ ਤੋ ਆ ਜਾਏਗਾ ਥੋੜ੍ਹੀ ਦੇਰ ਤੱਕ, ਬਟ ਵੋ ਅਭੀ ਤੱਕ ਵਾਪਿਸ ਨਹੀਂ ਆਇਆ। ਵੋ 12th ਮੈਂ ਪੜ੍ਹਦਾ ਹੈ MDK ਸਕੂਲ ਮੈਂ। ਨਹੀਂ ਲੜਾਈ ਝਗੜਾ ਤੋ ਕੋਈ ਨਹੀਂ, ਸਟ੍ਰੈਸ ਤੋ ਉਸਕੋ ਕਿਸੀ ਬਾਤ ਕਾ ਵੀ ਨਹੀਂ ਥਾ, ਘਰ ਮੇ ਵੀ ਐਸਾ ਮਾਹੌਲ ਹੀ ਨਹੀਂ ਹੈ ਸਟ੍ਰੈਸ ਵਾਲਾ, ਕੋਈ ਮਾਹੌਲ ਨਹੀਂ ਹੈ, ਐਸਾ ਤੋ ਕੁਛ ਥਾ ਹੀ ਨਹੀਂ। ਉਸਕੇ ਕੰਮ ਆਏ ਹੈ, ਵੋ ਐਕਸਪੈਕਟਿਡ ਨਹੀਂ ਥੇ, ਵੋ ਚਲੋ ਮੈਨੇ ਵੀ ਦੇਖੇ ਐਕਸਪੈਕਟਿਡ ਨਹੀਂ ਥਾ, ਦੈਟ ਇਜ਼ ਅਨਦਰ ਇਸ਼ੂ, ਬਟ ਵੋ ਚੀਜ਼ ਨਹੀਂ ਥੀ ਕਿ ਹਮੇ ਇਹ ਨਹੀਂ ਪਤਾ ਥਾ ਕਿ ਇਤਨਾ ਐਕਸਟ੍ਰੀਮ ਸਟੈਪ ਉਠਾਏਗਾ ਜਾਂ ਘਰ ਸੇ ਚਲਾ ਜਾਏਗਾ, ਇਹ ਕਭੀ ਐਕਸਪੈਕਟ ਨਹੀਂ ਥਾ। ਉਸਕਾ ਏਕ ਜਾਂ ਦੋ ਹੀ ਦੋਸਤ ਹੈ, ਵੋ ਸਾਥ ਹੀ ਮੇ ਰਹਤੇ ਹੈ, ਉਨਸੇ ਬਾਤ ਕਰੀ ਹੈ, ਵੋ ਬੋਲ ਰਿਹਾ ਕਿ ਮੁਝੇ ਵੀ ਵੋ ਫੋਨ ਕਰ ਰਹਾ ਥਾ ਕਿ ਮੇਰਾ ਰਿਜ਼ਲਟ ਖਰਾਬ ਆਇਆ ਔਰ ਮੈਂ ਟੈਨਸ਼ਨ ਮੇ ਹੂੰ, ਤੋ ਵੋ ਵੀ ਘਰ ਪੇ ਨਹੀਂ ਥਾ। ਵੋ ਕਹਿ ਰਿਹਾ ਮੁਝੇ ਵੀ 2-3 ਵਾਰ ਉਸਨੇ ਫੋਨ ਕੀਆ, ਏਕ ਦੋ ਲੋਗੋਂ ਜਿਸਕੇ ਸਾਥ ਉਸਨੇ ਲਾਸਟ ਬਾਤ ਕਰੀ ਉਹਨਾਂ ਨੇ ਮੁਝੇ ਕਨੈਕਟ ਕੀਆ ਕਿ ਉਸਨੇ ਬਾਤ ਕਰੀ ਹੈ ਹਮਸੇ, ਔਰ ਯਹੀ ਬੋਲ ਰਿਹਾ ਥਾ ਕਿ ਮੇਰੇ ਕੋ ਐਗਜ਼ਾਮ ਕਾ ਸਟ੍ਰੈਸ ਹੈ।